ਸਸ਼ਿਕਾ ਤੁਸੀਂ ਵੇਖ ਰਹੇ ਹੋ ਐਮਬੈਸੀ ਰਿਪੋਰਟ ਤੇ ਮੈਂ ਹਾਂ ਤੁਹਾਡਾ ਕਵਿਤਾ ਸਿੰਘ। ਵੇਖਿਆ ਜਾਵੇ ਤਾਂ ਅੱਜ ਵਿਦੇਸ਼ ਜਾਣ ਦੇ ਵਾਸਤੇ ਹੋੜ ਲੱਗੀ ਹੋਈ ਹੈ ਤੇ ਉੱਥੇ ਹੀ ਦੂਸਰੇ ਪਾਸੇ ਕੰਸਲਟੈਂਟਸ ਤੇ ਏਜੰਟਸ ਦੇ ਵੱਲੋਂ ਮਨ ਲੁਭਾਵ ਨੇ ਆਫਰ ਵੀ ਦਿੱਤੇ ਜਾ ਰਹੇ ਨੇ, ਯਾਨੀ ਕਿ ਪੈਕੇਜ ਦੀ ਸੱਚਾਈ ਕੀ ਹੈ ਜਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਆਖਿਰ ਇਹ ਕੀ ਹੈ। ਇਸ ਤੋਂ ਇਲਾਵਾ ਸਪਾਊਸ ਵੀਜ਼ਾ ਵੇਲੇ ਕਿਹੜੀਆਂ ਗੱਲਾਂ ਦਾ ਰੱਖਣਾ ਹੋਏਗਾ ਧਿਆਨ, ਜਾਣਾਂਗੇ ਸਾਡੇ ਅੱਜ ਦੀ ਐਮਬੈਸੀ ਰਿਪੋਰਟ ਦੇ ਵਿੱਚ ਸਾਡੇ ਅੱਜ ਦੇ ਐਕਸਪਰਟ ਦੇ ਕੋਲੋਂ। ਪਹਿਲੇ ਇੱਕ ਦੌਰ ਸੀਗਾ ਕਿ ਮੇਰਾ ਵੀਜ਼ਾ ਗ੍ਰਾਂਟ ਹੋ ਜਾਏ, ਵੀਜ਼ਾ ਗ੍ਰਾਂਟ ਹੋ ਜਾਂਦਾ ਸਟੂਡੈਂਟ ਨੂੰ ਲੱਗਦਾ ਸੀ ਕਿ ਮੈਂ ਜੰਗ ਜਿੱਤ ਲਈ। ਫਿਊ ਮੰਥਸ ਬੈਕ ਦੀ ਇੱਕ ਨਿਊਜ਼ ਆਉਂਦੀ ਹੈ ਕਿ ਜਿਹਦੇ ਵਿੱਚ 700 ਬੱਚਾ ਡੈਪੂਟੇਸ਼ਨ ਦਾ ਨਿਊਜ਼ ਲੈ ਕੇ ਆਉਂਦਾ, ਔਰ ਉਹ 700 ਬੱਚਾ ਜਿਹਦੇ ਖਾਬ ਸੀਗੇ ਕਿ ਮੈਂ ਕੈਨੇਡਾ ਦੀ ਧਰਤੀ 'ਤੇ ਪਹੁੰਚਾਂ, ਉੱਥੇ ਪੜ੍ਹਾਈ ਕਰਾਂ, ਉੱਥੇ ਆਪਣੀ ਸੈਟਲਮੈਂਟ ਕਰਾਂ, ਜਦੋਂ ਬੱਚਾ PR ਪਾਉਣ ਦੇ ਵਾਸਤੇ ਆਉਂਦਾ ਅਤੇ ਉਹ ਬੰਦਾ ਨਿਰਾਸ਼ ਹੋ ਜਾਂਦਾ ਕਿ ਜਦੋਂ ਉਹਨੂੰ ਇਹ ਨਿਊਜ਼ ਸੁਣਨ ਨੂੰ ਮਿਲਦੀ ਕਿ ਅੱਜ ਮੈਂ ਆਪਦੇ ਦੇਸ਼ ਵਾਪਸ ਪਰਤਾਂਗਾ, ਕਾਰਨ ਮੈਂ ਉੱਥੇ PR ਨਹੀਂ ਹੋ ਸਕਦਾ। ਇੱਕ ਛੋਟੀ ਜਿਹੀ ਇਗਜ਼ੈਂਪਲ ਦੇਣਾ ਨਦਨ ਕਾਲਜ ਦੀ, ਸਰਕਾਰੀ ਕਾਲਜ ਜਿਹਦੇ ਵਿੱਚ ਓਵਰ ਰਿਕਰੂਟਮੈਂਟ ਹੋਈ, ਕਪੈਸਿਟੀ 500 ਬੱਚੇ ਦੀ ਸੀਗੀ ਬਟ 700 ਤੋਂ 800 ਬੱਚਾ ਵੀਜ਼ਾ ਗ੍ਰਾਂਟ ਕਰਾ ਲਿਆ। ਅੱਜ ਪੜ੍ਹਾ ਸਿਰਫ 500 ਬੱਚੇ ਨੂੰ ਸਕਦੇ ਨੇ, ਅਦਰ 300-400 ਬੱਚੇ ਨੂੰ ਇਹ ਕਿਹਾ ਜਾਂਦਾ ਕਿ ਤੁਹਾਡਾ ਵੀਜ਼ਾ ਜ਼ਰੂਰ ਗ੍ਰਾਂਟ ਹੋ ਗਿਆ, ਤੁਹਾਡੇ ਕੋਲ ਫੀਸਾਂ ਲਈਆਂ ਸੀਗੀਆਂ, ਅਸੀਂ ਤੁਹਾਡੀਆਂ ਫੀਸਾਂ ਵਾਪਸ ਕਰਦੇ ਹਾਂ। ਉਹ ਬੱਚਾ ਵੀਜ਼ਾ ਲੈਣ ਤੋਂ ਬਾਅਦ ਵੀ ਅੱਜ ਇੰਡੀਆ ਦੇ ਵਿੱਚ ਖੜ੍ਹਾ। ਸੋ ਹਮੇਸ਼ਾ ਅਸੀਂ ਇੱਕ ਦੌਰ ਦੇ ਵਿੱਚ ਆਉਂਦੇ ਹਾਂ, ਅੱਜ ਦੇ ਨਵੇਂ ਦੌਰ ਦੇ ਹਿਸਾਬ ਨਾਲ ਦੇਖਿਆ ਜਾਵੇ ਦੌੜ ਲੱਗੀ ਹੋਈ ਹੈ ਵੀਜ਼ੇ ਕਰਾਉਣ ਦੀ, ਬਟ ਅੱਜ ਕੋਈ ਵੀ ਸਟੂਡੈਂਟ ਦੀ ਬਾਂਹ ਨਹੀਂ ਫੜਦਾ। ਜਿਹੜੇ ਵੀ ਐਸੇ ਸਟੂਡੈਂਟ ਹੈ ਕਿ ਵੀਜ਼ਾਜ਼ ਗ੍ਰਾਂਟ ਹੋਏ ਹੈ ਬਟ ਕਾਲਜਿਸ ਨੇ ਮਨਾ ਕਰਤਾ ਕਿ ਓਵਰ ਰਿਕਰੂਟ ਹੋਣ ਕਰਕੇ ਅਸੀਂ ਤੁਹਾਨੂੰ ਨਹੀਂ ਭੇਜ ਸਕਦੇ, ਜੇ ਅਸੀਂ ਐਡਮਿਸ਼ਨ ਨਹੀਂ ਲੈ ਸਕਦੇ, ਅਸੀਂ ਤੁਹਾਡੀ ਐਡਮਿਸ਼ਨ ਸਤੰਬਰ ਇਨਟੇਕ ਦੇ ਵਿੱਚ ਕੈਨੇਡਾ ਦੇ ਕਾਲਜ ਦੇ ਵਿੱਚ ਕਰਾਵਾਂਗੇ। ਸੋ ਜਿਹੜਾ ਵੀ ਐਸਾ ਵਿਦਿਆਰਥੀ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ। ਇਸ ਤੋਂ ਐਡੀਸ਼ਨਲ ਗੱਲ ਕਰਦੇ ਹਾਂ ਆਪਾਂ, ਇਹ ਤਾਂ ਹੋ ਗਈ ਉਹ ਬੱਚਿਆਂ ਦੀ ਜਿਨ੍ਹਾਂ ਦੇ ਵੀਜ਼ਾਜ਼ ਗ੍ਰਾਂਟ ਹੋਏ ਸੀਗੇ। ਅੱਜ ਐਡ ਪ੍ਰਮੋਸ਼ਨ ਜ਼ਰੂਰ ਚੱਲਦੀ ਹੈ, ਫੀਸ ਆਫਟਰ ਵੀਜ਼ਾ, ਅੱਜ ਐਡ ਪ੍ਰਮੋਸ਼ਨ ਜ਼ਰੂਰ ਚੱਲਦੀ ਹੈ, ਸੇਮ ਡੇ ਆਫਰ ਲੈਟਰ, ਕਿਤੇ ਇਨਫੋਰਮੇਸ਼ਨ ਨਹੀਂ ਦਿੱਤੀ ਜਾਂਦੀ ਅੱਜ ਕਾਲਜ ਕਿੱਥੇ ਹੈ, ਅੱਜ ਇਨਟੇਕ ਕਿੱਥੇ ਹੈ, ਅੱਜ ਕੋਰਸ ਕਿੱਥੇ ਹੈ, ਇਹਨਾਂ ਬਾਰੇ ਕਦੀ ਚਰਚਾ ਨਹੀਂ ਹੁੰਦੀ। ਜਿਹੜਾ ਬੰਦਾ ਕੈਨੇਡਾ ਕਰ ਰਿਹਾ ਉਹ ਕੈਨੇਡਾ ਦੀ ਹੀ ਗੱਲ ਕਰੇਗਾ, ਜਾਂ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਜਿਹੜਾ ਬੰਦਾ UK ਕਰ ਰਿਹਾ ਉਹ ਕੈਨੇਡਾ ਦੀ ਭੰਡੀ ਕਰ ਰਿਹਾ ਕਿ ਕੈਨੇਡਾ ਦੇ ਹਾਲਾਤ ਮਾੜੇ, ਕੈਨੇਡਾ 'ਚ ਕੰਮ ਨਹੀਂ ਹੈਗਾ, ਕੈਨੇਡਾ 'ਚ ਕੁਛ ਵੀ ਨਹੀਂ ਹੈਗਾ। ਜਿਹੜਾ ਬੰਦਾ ਆਸਟ੍ਰੇਲੀਆ ਨਹੀਂ ਕਰਦਾ ਅੱਜ ਆਸਟ੍ਰੇਲੀਆ ਨੂੰ ਨਿੰਦ ਰਿਹਾ, ਆਸਟ੍ਰੇਲੀਆ ਨੂੰ ਮਾੜਾ ਕਹਿ ਰਿਹਾ। ਸੋ ਜਿਹੜੇ ਵਿਦਿਆਰਥੀ ਐਸੇ ਹੈ ਆਸਟ੍ਰੇਲੀਆ ਫਾਈਲ ਲਾਈ ਸੀਗੀ, ਡਿਪਲੋਮਿਆਂ 'ਚ ਐਡਮਿਸ਼ਨ ਲਿੱਤੀ ਹੈ ਜਾਂ ਉਹਨਾਂ ਦੀ ਐਪਲੀਕੇਸ਼ਨ ਕਾਲਜਾਂ ਦੇ ਵਿੱਚ ਰਿਜੈਕਟ ਹੋ ਗਈ ਹੈ, ਅੱਜ ਕੋਈ ਏਜੰਟ ਉਹਦੀ ਬਾਂਹ ਨਹੀਂ ਫੜਦਾ, ਉਹ ਬੰਦੇ ਨੂੰ ਕੈਨੇਡਾ ਭੇਜ ਸਕਦੇ ਹਾਂ ਜੀ। ਸੋ ਸਾਡਾ ਮਕਸਦ ਇਹ ਨਹੀਂ ਹੈਗਾ ਕਿ ਸਪੈਸੀਫਿਕਲੀ ਇੱਕੋ ਹੀ ਕੰਟਰੀ ਨੂੰ ਟਾਰਗੇਟ ਕਰਕੇ ਆਪਾਂ ਉਸੇ ਕੰਟਰੀ 'ਚ ਭੇਜਾਂਗੇ, ਸਾਡਾ ਜਿਹੜਾ ਮਕਸਦ ਹੈ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਤੁਹਾਡੀ ਇਲੀਜੀਬਿਲਟੀ ਕ੍ਰਾਈਟੀਰੀਆ ਦੇ ਵਾਂਗ, ਜੇ ਤੁਸੀਂ ਆਸਟ੍ਰੇਲੀਆ ਇਲੀਜੀਬਲ ਹੋ ਤੁਹਾਨੂੰ ਆਸਟ੍ਰੇਲੀਆ ਭੇਜਾਂਗੇ, UK ਲਈ ਇਲੀਜੀਬਲ ਹੋ UK ਭੇਜਾਂਗੇ, ਜੇ ਕੈਨੇਡਾ ਵਾਸਤੇ ਇਲੀਜੀਬਲ ਹੋ ਤੁਹਾਨੂੰ ਕੈਨੇਡਾ ਭੇਜਾਂਗੇ। ਅੱਜ ਮਕਸਦ ਇਹ ਨਹੀਂ ਹੈਗਾ ਕਿਸੇ ਪਰਟੀਕੁਲਰ ਕੰਟਰੀ ਨੂੰ ਪ੍ਰਮੋਟ ਕਰਨਾ, ਸਾਡਾ ਮਕਸਦ ਇਹ ਹੈ ਕਿ ਜਾਗਰੂਕਤਾ ਲਿਆਉਣੀ, ਤੁਹਾਡੀ ਪ੍ਰੋਫਾਈਲ ਦੀ ਇਲੀਜੀਬਿਲਟੀ ਕਿਸ ਕੰਟਰੀ ਵਾਸਤੇ ਬਣਦੀ ਹੈ, ਉਸ ਕੰਟਰੀ 'ਚ ਅਪਲਾਈ ਕਰਾਉਣਾ ਅਤੇ ਉਸ ਕੰਟਰੀ ਦਾ ਵੀਜ਼ਾ ਲੈ ਕੇ ਤੁਹਾਨੂੰ ਉਸ ਕੰਟਰੀ ਦੇ ਵਿੱਚ ਸੈਟਲ ਕਰਾਉਣਾ। ਅੱਜ ਬੜਾ ਵਿਦਿਆਰਥੀ ਐਸਾ ਹੈ ਕਿ ਜਿਹਨੇ ਆਫਰ ਲੈਟਰ ਅਪਲਾਈ ਕੀਤੀ 2 ਮਹੀਨੇ ਹੋ ਗਏ ਆ, 4 ਤੋਂ 6 ਮਹੀਨੇ ਲੱਗ ਗਏ, GT ਅਪਰੂਵ ਨਹੀਂ ਹੋਈ ਜਾਂ GT ਦੇ ਐਂਡ ਸਟੇਜ ਦੇ ਉੱਪਰ ਯੂਨੀਵਰਸਿਟੀ ਆ ਕੇ ਮਨਾ ਕਰ ਦਿੰਦੀ ਜੀ ਤੁਹਾਡੀ ਐਪਲੀਕੇਸ਼ਨ ਨਹੀਂ ਹੋ ਸਕਦੀ। ਜਿੱਦਾਂ 2022 ਵਾਲਾ ਬੱਚਾ ਜੋ 6-8 ਮਹੀਨੇ ਪਹਿਲਾਂ ਵੀ ਉਸੇ ਸਟੇਜ 'ਤੇ ਖੜ੍ਹਾ ਸੀਗਾ, ਅੱਜ ਵੀ ਉਸੇ ਸਟੇਜ 'ਤੇ ਖੜ੍ਹਾ, ਉਹਨੂੰ ਰਾਹ ਨਹੀਂ ਮਿਲ ਰਿਹਾ। ਸੋ ਐਸੇ ਵਿਦਿਆਰਥੀ ਅਸੀਂ ਕੈਨੇਡਾ 'ਚ ਭੇਜ ਸਕਦੇ। ਸੋ ਵਿਦਿਆਰਥੀ ਤੋਂ ਯਾਦ ਆਇਆ ਕਿ ਸਪਾਊਸ ਵੀਜ਼ਾ ਐਪਲੀਕੇਸ਼ਨ 'ਤੇ ਬੜੀ ਦਿੱਕਤ ਆ ਰਹੀ ਹੈ, ਅੱਜ UK ਨੇ ਮਨਾ ਕਰ ਦਿੱਤਾ ਸਪਾਊਸ ਵੀਜ਼ਾ ਐਪਲੀਕੇਸ਼ਨ ਨਹੀਂ ਹੋਣੀ। ਜਿਹੜਾ ਬੱਚਾ ਖਾਬ ਲੈ ਕੇ ਆਇਆ ਸੀਗਾ ਕਿ ਮੈਂ ਆਸਟ੍ਰੇਲੀਆ 'ਚ ਸਪਾਊਸ ਵੀਜ਼ੇ 'ਤੇ ਜਾਵਾਂਗਾ, ਜਾਂ ਤਾਂ ਉਹ ਗ੍ਰੈਜੂਏਟ ਨਹੀਂ ਹੈਗਾ, ਜਾਂ ਉਹਦੇ ਕੋਲ ਫੰਡ ਨਹੀਂ ਹੈਗੇ, ਜਾਂ ਫਿਰ ਉਹਦਾ ਸਾਲ ਪੁਰਾਣਾ ਵਿਆਹ ਨਹੀਂ ਹੈਗਾ, ਅਤੇ ਜਾਂ ਫਿਰ ਉਹ ਬੰਦੇ ਦੀ ਐਪਲੀਕੇਸ਼ਨ ਪ੍ਰੋਸੈਸ ਕਰਨ ਵਾਸਤੇ ਉਹਦੇ ਕੋਲ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈਗੀ, ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੈਗੇ। ਸੋ ਜਿਹੜੇ ਵੀ ਐਸੇ ਵਿਦਿਆਰਥੀ ਹੈ ਕਿ ਮੇਨ ਐਪਲੀਕੈਂਟ ਅਗਰ ਗ੍ਰੈਜੂਏਟ ਨਹੀਂ ਹੈ, ਸੋ ਇਹ ਬਿਲਕੁਲ ਨਾ ਸੋਚੋ ਕਿ ਵਿਦੇਸ਼ ਜਾ ਕੇ ਤੁਸੀਂ ਪਰਿਵਾਰਕ ਮੈਂਬਰਾਂ ਨਾਲ ਪੜ੍ਹਾਈ ਨਹੀਂ ਕਰ ਸਕਦੇ। ਅੱਜ ਜਿੱਥੇ ਆਸਟ੍ਰੇਲੀਆ ਨੇ ਆਪਣੇ ਰਾਹ ਥੋੜ੍ਹੇ ਸਟ੍ਰਿਕਟ ਕੀਤੇ ਹੈ, UK ਨੇ ਆਪਣੇ ਰਾਹ ਬੰਦ ਕੀਤੇ, ਅਤੇ ਕੈਨੇਡਾ ਨੇ 2 ਹੱਥ ਅੱਗੇ ਕਰਕੇ ਤੁਹਾਨੂੰ ਆਨਸਰ ਦਿੱਤਾ ਹੈ ਕਿ ਚਾਹੇ ਤੁਸੀਂ 12th ਹੋ, ਗ੍ਰੈਜੂਏਟ ਹੋ ਜਾਂ ਮਾਸਟਰਸ ਹੋ, ਵਿਆਹ ਤੁਹਾਡਾ ਨਵਾਂ ਹੈ, ਸਪਾਊਸ ਤੁਹਾਡਾ ਅਗਰ 12th ਹੈ ਜਾਂ 10ਵੀਂ ਪਾਸ ਆਊਟ ਹੈ, ਜਾਂ ਫਿਰ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਆਪਣੇ ਕਿਡ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਰਾਈਟ ਆਪਸ਼ਨ ਹੈ ਕੈਨੇਡਾ ਸਪਾਊਸ ਵੀਜ਼ਾ। ਕਈ ਲੋਕਾਂ ਨੂੰ ਇਸ ਚੀਜ਼ਾਂ ਦੇ ਉੱਤੇ ਬਿਲੀਵ ਨਹੀਂ ਹੁੰਦਾ, ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਹ ਮੇਰੀ ਵੀਡੀਓ ਦੇ ਐਂਡ ਤੋਂ ਬਾਅਦ
ਕੈਨੇਡਾ ਸਪਾਊਸ ਵੀਜ਼ਾ ਜਿਹੜੇ ਲੱਗੇ ਉਹਨਾਂ ਦੀ ਕਲਿੱਪ ਦਿਖਾਓ ਸੋ ਦੈਟ ਕਿ ਇੱਕ ਜਾਗਰੂਕਤਾ ਆਏ ਜਿਹੜੇ ਵੀ ਵਿਦਿਆਰਥੀ ਐਸੇ ਹੈ ਦਿਲ ਟੁੱਟ ਚੁੱਕੇ ਆ ਕਿ ਅਸੀਂ ਸਪਾਊਸ ਵੀਜ਼ਾ 'ਤੇ ਨਹੀਂ ਜਾ ਸਕਦੇ ਅੱਜ ਦੋ ਹੱਥ ਅੱਗੇ ਕਰਕੇ ਕੈਨੇਡਾ ਆ ਰਿਹਾ ਤੁਹਾਨੂੰ ਸਪਾਊਸ ਵੀਜ਼ਾ 'ਤੇ ਭੇਜਣ ਲਈ हो सकदा कि नहीं ਕੈਨੇਡਾ ਤੇ ਮੈਂ ਬਹੁਤ ਖੁਸ਼ ਹਾਂ ਅੱਜ ਮੇਰਾ ਵੀਜ਼ਾ ਮੈਨੂੰ ਮਿਲ ਗਿਆ ਹੈ ਅੱਛਾ ਮੇਰੇ